ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਬਲੌਗ ਬਣਾਉਣ ਲੱਗੇ ਆ। ਪਹਿਲਾਂ ਮੈਨੂੰ ਆਉਂਦਾ ਨਹੀਂ ਸੀਗਾ, ਅੱਜ ਟ੍ਰੇਨਿੰਗ ਪਹਿਲਾਂ ਕੋਈ ਵੀ ਨਹੀਂ ਮਿਲਦਾ, ਅੱਜ ਬਾਹਲੇ ਹੀ ਬੰਦੇ ਆਏ ਫਿਰਦੇ ਆ। ਇਹਨੂੰ ਮੈਂ ਕਿਹਾ ਮੈਨੂੰ ਸਿਖਾ ਦੇ, ਕਹਿੰਦਾ ਬਾਈ ਇਹਨੇ ਉਹਦਾ ਨਾਂ ਲੈਤਾ ਟੋਪੀ ਵਾਲੇ ਦਾ, ਠੀਕ ਹੈ। ਪਹਿਲਾਂ ਡੂਢ ਮਹੀਨਾ ਮੈਂ ਗੁੱਗੂ ਨੂੰ ਕਹੀ ਗਿਆ, ਠੀਕ ਹੈ। ਅੱਜ ਮੈਂ ਸਾਰੀ ਟੀਮ ਹੀ ਸੱਦ ਲਈ, ਮੈਂ ਕਿਹਾ ਫਿਰ ਅੱਜ ਮੁੱਕਰੋ ਮੂਹਰੇ ਬਿਠਾ ਲੇ। ਅੱਜ ਤਾਂ ਆਹ ਸਾਡੀ ਸੈਲਫੀ ਸਟਿੱਕ ਹੈ, ਇਹ ਫੋਟੋਆਂ ਉਹ ਵੀਰਾ ਪਿੰਡ ਪੁੱਛਦੀ, ਉਹ ਇੱਕ ਪਿੱਛੇ ਕੀ ਤੁਰਿਆ ਆਉਂਦਾ, ਉਹਦੇ ਮੂਲੀਆਂ ਵਾਲੇ ਪਰੌਂਠੇ ਖਵਾ ਕੇ ਸਾਰਿਆਂ ਨੂੰ ਹੈਲੋ। ਤੇ ਸਟਾਲਿਨ ਵੀਰ ਨੂੰ ਤਾਂ ਤੁਸੀਂ ਜਾਣਦੇ ਹੋ, ਪੰਜਾਬ ਦੀ ਆਣ ਬਾਣ ਸ਼ਾਨ, ਵੀਡੀਓ ਡਾਇਰੈਕਟਰ, ਪੰਜਾਬ ਦੇ ਸੱਭਿਆਚਾਰਕ ਦੇ ਠੇਕੇਦਾਰ, ਹਾਏ 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 ਹਾਏ, ਆਈ ਲਵ ਯੂ। ਤੇ ਹੁਣ ਦੱਸੋ ਮੋਟਾ ਜੀ ਤੁਸੀਂ ਕੀ ਕਹਿੰਦੇ ਹੋ? ਮੈਂ ਕਹਿਣ ਲੱਗਾ ਇਹ ਦੂਜਾ ਗੁਰੂ ਨੂੰ ਚੇਲੇ ਨਹੀਂ ਸਿਖਾਉਂਦੇ ਹੁੰਦੇ? ਹਾਏ ਨਹੀਂ, ਤੁਸੀਂ ਮੇਰੇ ਭਰਾ ਹੋ ਯਾਰ, ਮੇਰੇ ਨਾਲ ਇਹੋ ਜਿਹੀਆਂ ਗੱਲਾਂ ਲੱਗ ਰਿਹਾ ਹੈ ਨਾ। ਲੱਗੂ ਕੀ ਕਹਿਣਾ ਚਾਹੁੰਦੇ ਹੋ? ਸਿੱਖਸ ਟਾਈਮ ਬੰਦੇ ਆ ਹੈ, ਬਾਕੀ ਗਾਂ ਜਾ ਕੇ ਦੱਸਦੇ ਬਲੌਗ ਜੀ। ਬਲੌਗ ਲੈਣ ਆਪਾਂ ਨਵਾਂ ਸਟਾਰਟ ਕੀਤਾ ਹੁਣੇ ਦੇ ਹੁਣੇ, ਹਲੇ 1 ਮਿੰਟ ਹੀ ਹੋਇਆ। ਤੁਸੀਂ ਮੇਰੇ ਵੀਰ ਸਾਰੇ ਜੁੜੇ ਰਹੋ ਨਾਲ ਦੀ ਨਾਲ, ਤੇ ਆਪਾਂ ਗਾਂ ਦੀ ਗਾਂ ਤੁਹਾਨੂੰ ਵਿਖਾਉਣੇ ਘੈਂਟ ਘੈਂਟ ਚੀਜ਼ਾਂ, ਤੇ ਗਾਂ ਹੀ ਪਾਈ ਰੱਖ। ਅੱਜ ਇਹ ਆਏ ਵੇ ਨੇ, ਅੱਜ ਚੰਡੀਗੜ੍ਹ ਦਾ ਕੋਨਾ ਕਾ ਹਿੱਲੂਗਾ, ਜਾਂ ਅਸੀਂ ਖਰੀਦਾਂਗੇ ਕੁਝ ਜਾਂ ਵੇਚਾਂਗੇ, ਠੀਕ ਹੈ। ਅੱਜ ਵਾ ਹੁਣ ਅਗਲੀ ਜਗ੍ਹਾ ਤੇ ਮਿਲਦੇ ਆਂ। ਹਾਂ ਅਗਲੀ ਜਗ੍ਹਾ ਤੇ ਮਿਲਦੇ ਆਂ। ਹਾਂਜੀ, ਘਰ ਦਾ ਬੰਦਾ ਗਾ, ਇਹਦੇ ਮਾਫੀ ਮੂਫੀ ਮੰਗ ਲਾਂਗੇ। ਤੁਸੀਂ ਹੁਣ ਛੋਟੇ ਭਰਾ ਏ, ਤੁਸੀਂ ਐ ਨੀ ਤਾਂ ਮੁੜ ਕੇ ਆਓ ਨਾ। ਦੇਖੋ ਕਹਿਤਾ ਤੁਹਾਨੂੰ ਹੈ ਪਾਈਆ। ਤੇ ਉਹ ਪਿੰਦਰ ਕਿੱਥੇ ਆ? ਅੱਜ ਪਿੰਦਰ ਮੋਗੇ ਨਹੀਂ, ਅੱਜ ਪਟਿਆਲੇ ਜੀ ਪਿੰਦਰ। ਹਾਂ ਪਿੰਦਰ ਅੱਜ ਮਲੋ ਚਾਹ ਪਾਣੀ ਤੇ ਪਾਓ ਭਾਜੀ, ਬਰਗਰ, ਕੁਲਚੇ ਸਭ ਕੁਛ ਖਵਾਇਆ ਜਾਊ ਜੋ ਇਹ ਕਹਿਣਗੇ। ਕਿਉਂਕਿ ਦੇਖ ਮੋਟੇ ਦੀ ਸਿਹਤ ਵੱਲ ਦੇਖ ਕੇ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਇਹ ਤਲੀਆਂ ਦੀਆਂ ਚੀਜ਼ਾਂ ਦਾ ਸ਼ੌਕੀਨ ਹੈ, ਤੇ ਲੰਡੇ ਨੂੰ ਖੁੰਡਾ ਸੌਕ ਉਹ ਤੋਂ ਟੱਕਰ ਦਾ ਮੈਂ ਵੀ ਸ਼ੌਕੀਨ ਹੈ। ਅੱਜ ਅਸੀਂ ਕੁਛ ਵਧੀਆ ਜਿਹਾ ਖਾਵਾਂਗੇ ਸਾਰੇ ਭਰਾ ਰਲ ਕੇ। ਕੋਠੀ ਤਿਆਰ ਹੋ ਰਹੀ ਬਾਹਰ, ਕਿੱਧਰ ਪਤਾ ਨੀ, ਚੱਲ ਲੰਘ ਗਈ ਗਾਂ ਹੁਣ, ਠੀਕ ਹੈ। ਦੇਖੋ ਆਪਣਾ ਜਿਹੜਾ ਸਪੌਂਸਰ ਹੈ ਉਹ ਗੱਡੀ ਚਲਾ ਰਿਹਾ, ਠੀਕ ਹੈ। ਇਹਦੀ ਸਾਰੀ ਜ਼ਿੰਮੇਵਾਰੀ ਹੈ ਵੀ ਬੱਚਿਆਂ ਨੂੰ ਮੈਂ ਦੱਸੂਗਾ ਮੈਂ ਵੀ ਖਾਣਾ ਕੀ ਹੈ। ਸਹੀ ਗੱਲ, ਨਾ ਪੂਰੀ ਪੂਰੀ ਕੋਈ ਕਮੀ ਨੀ ਛੱਡੀ ਜਾਊਗੀ। ਚਾਰ ਟਾਇਰਾਂ ਦੇ ਆਏ ਹਾਂ, ਤੇ ਇਹਨਾਂ ਨੇ ਮੈਨੂੰ ਇੱਧਰ ਨੂੰ ਜਾਣਾ, ਆਪਾਂ ਇਹਨਾਂ ਨੇ ਮੈਨੂੰ ਵੀ ਆਹ ਕੰਮ ਲਾਤਾ। ਮੇਰੀ ਗੱਲ ਸੁਣੋ, ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣੀ ਆ, ਰੋਜ਼ ਆਪਦੀਆਂ ਫੋਟੋ ਬਦਲਿਆ ਕਰੋ, ਰੋਜ਼ ਨਵੀਆਂ ਖਿੱਚਿਆ ਕਰੋ, ਉਦੋਂ ਬਾਅਦ ਤਾਂ ਜਦੋਂ ਤੈਨੂੰ ਪਤਾ ਕੰਮ ਹੋ ਗਿਆ ਇੱਧਰ ਜਾਣਾ ਆਪਾਂ, ਨਾ ਨਾ ਉਦੋਂ ਬਾਅਦ ਤਾਂ ਫੋਟੋ ਛੱਡ, ਹਾਰ ਵੀ ਨੀ ਬਦਲਦੇ। ਹਰੇਕ ਦੀਵਾਲੀ ਜੀ ਕਹਿ ਦਿੰਦੇ ਆ ਮੱਖੀਆਂ ਜੀਆਂ ਬੈਠੀਆਂ ਹੁੰਦੀਆਂ ਨਾ, ਤੇ ਕਹਿੰਦੇ ਆਹੀ ਧੋ ਕੇ ਸਰਫ ਨਾਲ ਉਹੀ ਫੇਰ ਪਾਉਂਦੇ ਆ, ਠੀਕ ਹੈ। ਇਸ ਕਰਕੇ ਰੋਜ਼ ਨਵੇਂ ਕੱਪੜੇ ਪਾਓ, ਨਵੀਆਂ ਫੋਟੋ ਖਿੱਚੋ, ਡੀਪੀ ਚੇਂਜ ਕਰੋ, ਜੋ ਤੁਹਾਡਾ ਮਨ ਕਰਦਾ ਉਹ ਕਰਿਆ ਕਰੋ। ਨਾ ਨਾ ਆਨੰਦ ਲਓ ਜ਼ਿੰਦਗੀ ਦਾ। ਇਹ ਮੇਰੇ ਭਰਾ ਨੇ, ਇਹ ਮੇਰੀ ਇਹਨਾਂ ਨਾਲ ਵਾਈਬ ਬਹੁਤ ਮਿਲਦੀ ਨੇ, ਉਹਦਾ ਰੀਜ਼ਨ ਇਹ ਹੈ ਇਹ ਵੀ ਹਾਸੇ ਬਣਦੇ ਨੇ, ਲੋਕਾਂ ਨੂੰ ਖੁਸ਼ ਰੱਖਦੇ ਨੇ। ਇੱਕੋ ਜ਼ਿਲ੍ਹੇ ਦੇ ਆ, ਇਸ ਕਰਕੇ ਇਹ ਖੁਸ਼ ਰੱਖਦੇ ਨੇ, ਇਹ ਸਭ ਤੋਂ ਵੱਡੀ ਚੀਜ਼ ਹੈ। ਅੱਜ ਦੇ ਜ਼ਮਾਨੇ 'ਚ ਦੁਨੀਆ ਔਖੀ ਬਹੁਤ ਹੈ, ਦੁਖੀ ਹੈ, ਤੇ ਸਾਰਿਆਂ ਨੂੰ ਬੇਨਤੀ ਹੈ ਵੀ ਹੱਸਦੇ ਖੇਡਦੇ ਰਿਹਾ ਕਰੋ। ਬਾਕੀ ਹੁਣ ਅਗਲੀ ਜਗ੍ਹਾ ਤੇ ਤੁਹਾਨੂੰ ਜਾ ਕੇ ਮਿਲਦੇ ਆ। ਤੁਹਾਨੂੰ ਦੱਸਦੇ ਆ ਵੀ ਇਹਨੇ ਨਾ ਥਾਰ ਗਿਫਟ ਕਰਤੀ, ਹੈਲੋ, ਤੇ ਸਾਡਾ ਇਦੂ ਬਾਅਦ ਸ਼ੋਅ ਆ ਉਹ ਟੈਂਪੂ ਟਰੈਵਲ 'ਚ ਸਾਜੀ ਆਉਣਗੇ, ਤੇ ਵੀਰੇ ਨੂੰ ਵੀਰਾ ਥਾਰ 'ਚ ਤੁਸੀਂ ਆਉਣਾ ਗਾ, ਠੀਕ ਹੈ। ਤੇ ਆਹ ਇਹ ਕੋਰਸ ਵਾਲਿਆਂ ਨਾਲ ਸਾਰੇ, ਅੱਜ ਅੱਜ ਜਿਹੜਾ ਸ਼ੋਅ ਲੱਗਣਾ ਨਾ ਤੁਸੀਂ ਸੋਚ ਹੀ ਨਹੀਂ ਸਕਦੇ, ਹੈਂ ਪੇਮੈਂਟ ਸਾਰੀ ਇਹ ਚ ਲੈ ਕੇ ਆਉਣੀ, ਅੱਜ ਲਾਲਾ ਲਾਲਾ ਹੀ ਹੋਣੀ ਆ।
ਫੈਕਟਰੀ ਚ ਲੈ ਕੇ ਆਉਣੇ ਇੱਕ ਤਾਂ ਜਦੋਂ ਲੱਤਾਂ ਤੇ ਕੈਮਰਾ ਕਰੀਦਾ ਮੂੰਹ ਲੁਕ ਜਾਂਦਾ ਏਡਾ ਵੱਡਾ ਵੀ ਨੀ ਬੰਦਾ ਹੋਣਾ ਚਾਹੀਦਾ ਠੀਕ ਆ ਹੋਰ ਹੋਰ ਕਹਿੰਦਾ ਦੋ ਪੌੜੀਆਂ ਇਕੱਠੀਆਂ ਚੜ ਗਿਆ ਪੈਂਟ ਪੜਾ ਲਈ मुंडे जुत्तियां पौना खान आए ने भाजी कित्थे ने लैदर ही लैदर होया पिया किवें हो मास्टर जी मेरे जिहड़े जुत्ते कट्टे सी मेरे शूज कट्टे सी इन्हां ने इक मेरे शूज कट्टे सी अक्का ओह कैमरे ते दे जवाब हुण लारे नहीं ला सकदा तू कैमरे ते जवाब नहीं दे सकदा तू नवी मशीन लियांदी इक इत्थे बाजार नालों सस्ते रेटां ते जुत्तियां बणाईआं जांदीआं ने हैं आ देखो अपना सारा प्रोसेस इह ब्लॉग बणाउंदा इक बंदा जुत्तियां बणाउंदा मास्टर जी किवें हो ठीक है जय जयकार हां जी दसो कहंदे मेरे वीरो घूम फिर के आ गए हां भाजी सेवा पानी साडी फुल कीती है चलो तुसीं ब्लॉग च चल मेरी गल सुनो ओथे ओथे वीडियो बनाईयां ने गईयां फोटो जरूर पा दियो जिथे जिथे गए आ अज इन्हां नूं उदो ना डायपर लाउंदा हुंदा सी जदों दा कलाकार मिलाता जदों दी चढ़ाई हुंदी है ना सी ना कोई भी ब्याह इहो जिहा नहीं ਜਿਹੜਾ ਉਹਨਾਂ ਉਹਨਾਂ ਦੇ ਕਾਕਾ ਆਪਣੇ ਦੇ ਵਿਆਹ ਨੱਚਦੇ ਫਿਰੇ ਕੋਈ ਇਹੋ ਜਿਹਾ ਗਾਣਾ ਨਹੀਂ ਜਿਹੜਾ ਆਪਾਂ ਉਹਨਾਂ ਦਾ ਸੁਣਿਆ ਨਾ ਹਾਂ ਨਹੀਂ ਉਹਦੇ ਬਿਨਾਂ ਵਿਆਹ ਨਹੀਂ ਸੰਪੂਰਨ ਹੁੰਦਾ ਆਪਣੇ ਵਿਆਹ ਦੇ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰੇ ਇੱਕ ਵਿਆਹ 'ਚ ਗਾਣਾ ਲੱਗਦੇ ਇੱਕ ਵਿੱਚ ਹੋਰ ਸਰਪ੍ਰਾਈਜ਼ ਉਹ ਵੀ ਫੋਟੋ ਪਾ ਦੇਵਾਂਗੇ ਬਾਕੀ ਜਿਹੜਾ ਕਮੈਂਟ ਕਰਕੇ ਸਾਰਿਆਂ ਨੇ ਦੱਸਣਾ ਕਿ ਉਹ ਗਾਣਾ ਕਿੰਨਾ ਦਾ ਵਾ ਵੀ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਰਿਹਾ ਨੱਚਦਾ ਫਿਰੇ ਸਹੀ ਗੱਲ ਹਾਂ ਜੀ ਤੁਸੀਂ ਕੀ ਵਿਚਾਰ ਦੋਗੇ ਸਾਡੇ ਵਿਚਾਰ ਇਹੋ ਹੀ ਆ ਭਾਈ ਤੁਹਾਨੂੰ ਸਾਰਿਆਂ ਨੂੰ ਪਿਆਰ ਨੇ ਬਾਬਾ ਤੁਸੀਂ ਪਿਆਰ ਕਰਦੇ ਤਾਂ ਇਹ ਤੇਰਾ ਸਾਈਡ ਕਾਹਦਾ ਬੈਠਾ ਓਏ ਉਹ ਬ੍ਰੋਕਣਾ ਹੈ ਬ੍ਰੋਕਣਾ ਦਿਲ ਟੁੱਟਿਆ ਐਵੇਂ ਟੁੱਟਿਆਗਾ ਉਹੀ ਗੱਲ ਐ ਜੇ ਮਾੜਾ ਜਿਹਾ ਬੰਦੇ ਦਾ ਪੈਸੀ ਉਹਦੇ ਚਾਹੇ ਉਹਨੂੰ ਐ ਐ ਗਰਮੀ ਲੱਗੀ ਜਾਂਦੀ ਉਹ ਲਾਈਟ ਕਰਕੇ ਅਗੇ ਦਿਲ ਟੁੱਟਿਆ ਵਾ ਯਾਰ ਇਹ ਐਵੇਂ ਗੱਲਾਂ ਬਣਾ ਹਾਂ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਸਿੰਪਤੀ ਭਾਲਦੇ ਆ ਸਿੰਪਤੀ ਭਾਲਦੇ ਆ ਅੱਜ ਦਾ ਜਿਹੜਾ ਬਲੌਗ ਆ ਛੋਟਾ ਜਿਹਾ ਸਾਡਾ ਸਵਾਕਾਰ ਕਰੇ ਸਾਰੇ ਮੇਰੇ ਵੀਰ ਭਰਾਵਾਂ ਦਾ ਧੰਨਵਾਦ ਥੈਂਕ ਯੂ ਵੈਰੀ ਮੱਚ ਜਿਹੜਾ ਆਪਣਾ ਚੈਨਲ ਤੁਸੀਂ ਵੇਖਣ ਆਏ ਆ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦੱਬੋ ਬਾਈ ਦਾ ਕਿਉਂਕਿ ਆਪਣੇ ਭਰਾ ਵੱਡੇ ਦਾ ਚੈਨਲ ਆ ਕਿਉਂਕਿ ਸਾਰੇ ਜਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਹਾਨੂੰ ਮੈਂ ਤਾਂ ਇੰਨਾ ਕੁਝ ਕਹਿਣਾ ਹੀ ਨਹੀਂ ਆਉਂਦਾ ਜੇ ਰਾਸ ਆ ਗਿਆ ਕਹਿਣਾ ਮਤਲਬ ਪਤਾ ਕੀ ਚੱਕਰ ਹੁੰਦਾ ਹਾਂ ਘੈਂਟ ਘੈਂਟ ਚੀਜ਼ਾਂ ਤੇ ਇਹੋ ਜਿਹੇ ਪਰਸਨ ਤੁਹਾਨੂੰ ਮਿਲਾਵਾਂਗੇ ਇਹ ਵਲੌਗ ਦੇ ਉੱਤੇ ਇਹ ਚੈਨਲ ਦੇ ਉੱਤੇ ਸਾਰੇ ਜਿਹੜੇ ਤੁਸੀਂ ਆਪ ਕਹਿੰਨੇ ਆ ਕਿ ਸ਼ਾਇਦ ਮਿਲ ਗਿਆ ਸਬਸਕ੍ਰਾਈਬ ਤੇ ਮੇਰੀ ਸਬਸਕ੍ਰਾਈਬ ਤਾਂ ਕਰ ਲਿਓ ਤੇ ਤੁਹਾਨੂੰ ਇੱਕ ਚੀਜ਼ ਪਤਾ ਹਰ ਬੰਦੇ ਜਿਵੇਂ ਕਹਿੰਦਾ ਹਰ ਕਾਮਯਾਬ ਬੰਦੇ ਪਿੱਛੇ ਇੱਕ ਜਨਾਨੀ ਦਾ ਹੱਥ ਹੁੰਦਾ ਹੈ ਕਾਮਯਾਬ ਜਿਹੜੇ ਸਿੰਗਰ ਹੁੰਦੇ ਉਹਨਾਂ ਪਿੱਛੇ ਇੱਕ ਐਡੀਟਰ ਦਾ ਹੱਥ ਹੁੰਦਾ ਵਾ ਬੈਠਾ ਉਹ ਪਾ ਬੈਠਾ ਜੀ ਉਹ ਬਰੇ ਬੈਠਾ ਠੀਕ ਹੈ ਜੀ ਇੰਨਾ ਪਿੱਛੇ ਵੀ ਜਿਹੜੇ ਇਹਦੇ ਆਪ ਨੂੰ ਕਹਿੰਦੇ ਕਹਾਉਂਦੇ ਆ ਨਾ ਜਿਹੜੇ ਉਹ ਬੈਠਾ ਇਹਨਾਂ ਦੇ ਪਿੱਛੇ ਠੀਕ ਆ ਇਹ ਇਹਨੂੰ ਇਹ ਡਿਸਕਲੋਜ਼ ਨਹੀਂ ਕਰਦੇ ਇਹਨਾਂ ਨੂੰ ਪਤਾ ਹੈਗਾ ਵੀ ਕੀ ਹਨਾ ਮੁੜ ਕੇ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਓ ਇੰਨੀਆਂ ਗੱਲਾਂ ਨਹੀਂ ਦੱਸਣੀਆਂ ਹੈਗਾ ਹਨਾ ਮੁੜ ਕੇ ਉਹਦੀ ਆਈਡੀ ਲੱਭੀ ਜਾਣ ਉਹਦੀ ਆਈਡੀ ਹੈ ਨਹੀਂ ਉਹ ਨੈਟ ਤੇ ਹੀ ਨਹੀਂ ਹੈਗਾ ਨੈਟ ਤੇ ਹੀ ਦੁਨੀਆ ਦੇ ਬਸ ਸਾਡੇ ਨਾਲ ਤਿੰਨ ਹਾਂ ਬਸ ਉਹ ਐਡਿਟ ਨੈਟ ਤੇ ਹੀ ਹੈ ਨਹੀਂਗਾ ਹਾਂ ਲਵ ਯੂ ਸਾਰਿਆਂ ਨੂੰ ਬਾਬਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਹੁਣ ਮੈਂ ਗੁੱਗੂ ਕੇ ਪਿੰਡ ਜਾਊਂਗਾ ਕਿਸੇ ਦਿਨ ਉੱਥੇ ਬਲੌਗ ਬੇਬੇ ਨਾਲ ਬਣਾ ਕੇ ਜਾਂ ਆਪਾਂ ਘਰ ਦਿਆਂ ਨਾਲ ਉਹ ਬਣਾਵੇਂ ਨਾ ਘੈਂਟ ਵਾਲਾ ਬਾਕੀ ਵੀ ਹੋਰ ਵੀ ਕਮੈਂਟ ਕਰ ਦਿਓ ਜੇ ਕਿਸੇ ਸਿੰਗਰ ਨਾਲ ਬਲੌਗ ਤੁਸੀਂ ਚਾਹੁੰਦੇ ਤਾਂ ਉਹ ਵੀ ਬਣਾ ਦਿਆਂਗੇ ਹਾਂ ਰੌਲਾ ਹੀ ਕੋਈ ਨਹੀਂ ਹੈਗਾ ਰੌਲਾ ਹੀ ਹੋਈ ਹੈ ਰਾਈ ਕਰਾ ਦਿਆਂਗੇ ਹਾਂ।